सरकार वालों काफी कस पाता कहिंदे भी यह मोर्चा पटना किवें लगता हुण पट्टिया जाऊगा कि होर जम्मूगा। यह गुंडिया का राज है सही मायने दे विच साडे गुरु नानक ने आखी राजे सी मुकदम कुत्ते। ये सही मायने च उही रूप है उही इन्हां दा रंग है। कुत्ता राज बहाली है फिर चक्की चट्टा है। इन्होंने चक्की चट्टनिया ने क्योंकि वह दाना जा पाई जाते ने ये चट्टी जाते ने उन्होंने बोली बोली जाते ने साडा इन्हां नूं दर्द नहीं। पिछे जो तुहानूं लाइटां जगदियां दिख रही ने यह जीरा दी शराब फैक्ट्री दी लाइटां ने। गुरबाणी च लिखिया है कहिंदे सरम गई कर अपने पत उठ चली नाल नानक सच्चा एक है और ना सच्चा भाल। असी ठंड च बैठे हाँ इत्थे बैठे हाँ यह नहीं पता सानू किन्ना चिर बैठना पै जाए पर इन्हां नूं नहीं पता मोदी कड़ा कहिंदा जी जो मैं कहता उही करदा ऐसा उहां जनूं झुका लैंदे हाँ ਇਹਦਾ ਕਿਹਦੀ ਬਾਗ ਦੀ ਮੂਲੀ ਹੈ ਹੁਣ ਮਤਲਬ ਕਹਿ ਲਈਏ ਵੀ ਫਾਨਾ ਅੜੂਗਾ ਅੜੂਗੀ ਫਾਨਾ ਤਾਂ ਅੜ ਗਿਆ ਹੁਣ ਫਾਨਾ ਇਹਨਾਂ ਨੇ ਸੋਚਣਾ ਕਦੋਂ ਕੱਢਣਾ ਫਾਨਾ ਤਾਂ ਉਹ ਅੜ ਗਿਆ ਇੱਕ ਨਾ ਤੁਹਾਨੂੰ ਪਤਾ ਵੀ ਕੱਛਿਆ ਦੇ ਵਿੱਚ ਇੱਕ ਮੋਗੇ ਹੁੰਦੇ ਤੇ ਸਾਡੇ ਪਿੰਡ ਦਾ ਆਪਣਾ ਸਰਬਰ ਮਿਸਤਰੀ ਹੁੰਦਾ ਸੀ ਉਹ ਨਾ ਕਦੋਂ ਜ਼ਿਮੀਂਦਾਰ ਜਾਂਦੇ ਵੀ ਉਹ ਮੋਗਾ ਬੰਦ ਕਰਦਾ ਦੂਏ ਪਿੰਡ ਦਾ ਉਹ ਜਾ ਕੇ ਫਾਨਾ ਠੋਕ ਦਿੰਦਾ ਸਾਰਾ ਪਿੰਡ ਜਦੋਂ ਫਾਨਾ ਨਹੀਂ ਨਿਕਲਦਾ ਦੀ ਉਹਦਾ ਫਾਨਾ ਅੜ ਗਿਆ ਫਾਨਾ ਫੂਨਾ ਨਹੀਂ ਨਿਕਲਦਾ ਕਿੰਨੀ ਮਰਜ਼ੀ ਛੇਤੀ ਕੱਢ ਲੈਣਗੇ ਆਪਦੇ ਫਾਇਦਾ ਰਹਿਣਗੇ ਨਹੀਂ ਇਹਨਾਂ ਦੀਆਂ ਕਰਤੂਤਾਂ ਦੇ ਕਾਰਨਾਮੇ ਅਸੀਂ ਤਾਂ ਰੋਜ਼ ਦੱਸਾਂਗੇ ਇਹਨਾਂ ਦੀ ਨੁਕਸਾਨ ਹੈ ਸਾਡਾ ਕੋਈ ਨੁਕਸਾਨ ਨਹੀਂ ਕਿ ਕਿਸਾਨਾਂ ਨੂੰ ਨਾ ਸ਼ੌਂਕ ਪੈ ਗਿਆ ਕਹਿੰਦੇ ਉਹੀ ਸੜਕਾਂ ਜਾਮ ਕਰ ਲੈਂਦੇ ਆ ਉਹੀ ਧਰਨੇ ਲਾ ਦਿੰਦੇ ਆ ਹੁਣ ਸਾਨੂੰ ਆਗੂ ਕਹਿ ਦੇਣਾ ਵੀ ਉਹਦਾ ਗੇਟ ਗੂਟ ਜਾ ਭੰਨਣਾ ਉੱਧਰ ਨੂੰ ਚੱਲਾਂਗੇ ਉਹਦੀ ਸਾਨੂੰ ਕੋਈ ਪਤਾ ਨਹੀਂ ਵੀ ਅਸੀਂ ਪੈਣਾ ਕੋਈ ਮਤਲਬ ਨਹੀਂ ਸਾਡੇ ਆਗੂ ਰਾਤ ਦੇ 12 ਵਜੇ ਗੱਲ ਕਹਿ ਦੇਣਾ ਵੀ ਉਹਦਾ ਗੇਟ ਭੰਨਣਾ ਉੱਥੇ ਲਾਵਾਂਗੇ ਜ਼ੋਰ ਭੰਨਾਂਗੇ ਸੱਚੇ ਮਨੋਂ ਕਹਿੰਦੇ ਹਾਂ ਕੀ ਕਹਿੰਦਾ ਤੁਸੀਂ ਸ਼ੌਂਕ ਪਾਓ ਇੱਥੇ 2 ਦਿਨ ਆਓ 2 ਦਿਨ ਬੈਠੋ ਤੁਸੀਂ ਕਿੰਨੇ ਮੰਤਰੀ ਹੋ ਅਸੀਂ 12 ਵਜੇ ਇੱਥੇ ਬੈਠੋ ਤੁਹਾਨੂੰ ਦੱਸਾਂਗੇ ਕੀ ਸ਼ੌਂਕ ਹੈ ਕਦੋਂ ਰਾਤ ਦੇ 12 ਵਜੇ ਤੁਹਾਨੂੰ ਠੰਡ ਲੱਗੀ ਆਪਦਾ ਜਵਾਕ ਯਾਦ ਆ ਗਿਆ ਫਿਰ ਨਾ ਭੱਜ ਕੇ ਤੜਕੇ ਨੂੰ ਬਾਬੂ ਨਾ ਗਏ ਹੋ ਮਲਵਾਲੀਆ ਸਮਾਂ ਭਿਆਂ ਕਰਾ ਕੇ ਹਟਾਂਗੇ ਇਹ ਵੀ ਦੱਸਦਿਆਂ ਆਹ ਬਾਦਲ ਨੂੰ ਤਾਂ 3 ਘਸੀਟ ਆ ਗਈਆਂ 5 ਸਾਲ ਬਾਅਦ ਹੋ ਸਕਦਾ 0 ਹੋ ਜੇ ਜੇ ਆਹ ਕਾਰਨਾਮੇ ਆਹ ਕਰਤੂਤਾ ਕਰੂ ਮੁੱਦੇ ਮੂੰਹ ਸਿੱਟਾਂਗੇ ਭਗਵੰਤ ਮਾਨ ਯਾਦ ਕਰਦਾ ਕਿਹੜੇ ਚੁਟਕਲੇ ਸੁਣਾਉਂਦਾ ਸੀ ਕਹਿੰਦਾ ਸੀ ਵਾਤਾਵਰਨ ਖਰਾਬ ਹੋ ਗਿਆ ਬਾਦਲ ਇਹਨਾਂ ਨੇ ਖਰਾਬ ਕਰਿਆ ਕੈਪਟਨ ਇਹਨਾਂ ਨੇ ਬਾਦ ਖਰਾਬ ਕਰਿਆ ਹੈ ਹੁਣ ਤੂੰ ਵੀ ਉਸੀ ਝੋਲੀ 'ਚ ਪੈ ਗਿਆ ਮਾੜੀ ਮੋਟੀ ਸ਼ਰਮ ਕਰ ਮਾੜੇ ਮੋਟੇ ਫੈਸਲੇ ਸਹੀ ਲੈ ਅੱਜ ਅਸੀਂ ਅਪੀਲ ਕਰਦੇ ਹਾਂ ਬੇਨਤੀ ਕਰਦੇ ਹਾਂ ਪਹਿਲਾਂ ਬੇਨਤੀ ਆ ਫਿਰ ਬੇਨਤੀ ਨੇ ਫਿਰ ਅਸੀਂ ਟੱਕਰਾਂਗੇ ਕੀ ਇਸ ਫੈਕਟਰੀ ਤੱਕ ਹੀ ਕਹਾਣੀ ਖਤਮ ਹੋ ਜੂਗੀ ਕਿ ਜਿਵੇਂ ਲੁਧਿਆਣੇ ਬਹੁਤ ਫੈਕਟਰੀਆਂ ਪੰਜਾਬ ਦਾ ਵਾਤਾਵਰਨ ਤਾਂ ਹੋਰ ਫੈਕਟਰੀਆਂ ਵੀ ਗੰਦਾ ਕਰਨੀਆਂ ਫਿਰ ਇੱਕ ਫੈਕਟਰੀ ਕਿਉਂ ਹੋਰ ਫੈਕਟਰੀਆਂ ਵੱਲ ਲੜਾਈ ਵਧੂਗੀ ਕਿ ਇੱਥੇ ਹੀ ਖਤਮ ਹੋ ਗਈ ਇਹਦੇ ਨਾਲ ਕੋਈ ਸਾਡੀ ਦੁਸ਼ਮਣੀ ਨਿੱਜੀ ਨਹੀਂ ਦੁਸ਼ਮਣੀ ਸਾਡੀ ਦੁਸ਼ਮਣੀ ਹੈ ਇਹ ਪਾਣੀ ਗੰਦਾ ਕਰਦਾ ਠੀਕ ਹੈ ਅਸੀਂ ਸਾਰਿਆਂ ਦੀ ਸਰਕਾਰ ਕਰਦੇ ਹਾਂ ਕਿਹੜਾ ਸਾਡਾ ਪਾਣੀ ਖਰਾਬ ਕਰੀ ਜਾਂਦਾ ਸਾਡਾ ਸਾਨੂੰ ਬਿਮਾਰੀਆਂ ਦੇ ਜਾਂਦਾ ਸਾਡੇ ਬੱਚੇ ਬਾਹਰੇ ਜਾਈ ਜਾਂਦੇ ਨੇ ਨਸ਼ਿਆਂ 'ਚ ਗਰਕ ਹੋਈ ਜਾਂਦੇ ਨੇ ਅਸੀਂ ਉਹ ਲੜਾਈ ਲੜਦੇ ਹਾਂ ਆਹ ਭਗਵੰਤ ਮਾਨ ਕਹਿੰਦਾ ਜੀ ਥੋੜ੍ਹੇ ਦਿਨਾਂ ਦੇ ਵਿੱਚ ਹੀ ਅਸੀਂ ਨਸ਼ੇ ਬੰਦ ਕਰਾਂਗੇ ਇਹਨਾਂ ਨੂੰ ਸੰਗ ਨਹੀਂ ਆਉਂਦੀ ਉਹ ਕੈਪਟਨ ਕਿਹੜਾ ਉਹਦੀ ਗੋਦੀ 'ਚ ਵਗਦਾ ਕੈਪਟਨ ਇੱਥੇ ਆਪਣੇ ਮੋਦੀ ਦੀ ਵਗ ਗਿਆ ਉਹਦੀ ਪਾਰਟੀ 'ਚ ਉਹ ਗੁਰੂ ਗ੍ਰੰਥ ਸਾਹਿਬ ਦੀ ਸਹੁੰ ਖਾ ਕੇ ਕਹਿੰਦਾ ਮੈਂ ਨਸ਼ੇ ਬੰਦ ਕਰੂੰ ਇਹਨਾਂ ਦਾ ਕੋਈ ਦੀਨ ਮਾਨ ਨਹੀਂ ਹੈਗਾ ਇਹ ਕਹਿੰਦੇ ਹੋਰ ਨੇ ਕਰਦੇ ਹੋਰ ਨੇ ਇਹਨਾਂ ਦੇ ਉਹ ਦੰਦ ਨੇ ਕਿਹੜੇ ਹਾਂਸੀ ਵਾਲੇ ਨੇ ਉਹ ਦਿਖਾਉਣ ਵਾਲੇ ਹੋਰ ਨੇ ਕਰਨ ਵਾਲੇ ਹੋਰ ਨੇ ਉਹ ਕਿਹੜਾ ਬਾਬਾ ਵੱਡਾ ਕਹਿੰਦੇ ਨੇ 40 ਸਾਲ ਵਾਲਾ ਉਹ ਪ੍ਰਕਾਸ਼ ਸਿੰਘ ਬਾਦਲ ਹੁਣ ਖਾ ਕੇ ਫੇਮ ਸੁਖਬੀਰ ਬਾਦਲ ਵੀ ਬੋਲੀ ਜਾਂਦਾ ਕਹਿੰਦਾ ਗਲਤ ਹੁੰਦਾ ਜੀ ਖਾ ਲੈਂਦੇ ਨੇ ਫੇਮ ਭਕਾਈ ਮਾਰੀ ਜਾਂਦੇ ਨੇ ਆਪਦੀਆਂ ਪਰੌਠੀਆਂ ਵਧਾਈ ਜਾਂਦੇ ਨੇ ਸਾਡੇ ਸਿਰ ਕਰਜ਼ੇ ਚੜ੍ਹੀ ਜਾਂਦੇ ਨੇ ਸਾਨੂੰ ਆਪਦਾ ਫਿਕਰ ਹੈ ਸਾਡੇ ਬੱਚੇ ਬਾਹਰੇ ਜਾਈ ਜਾਂਦੇ ਨੇ ਅਸੀਂ ਕੀ ਕਰਾਂਗੇ ਉਹ ਮਾੜਾ ਮੋਟਾ ਸੰਗ ਸ਼ਰਮ ਕਰੋ ਜੇ ਗੁਰੂ ਨਾਨਕ ਦੇ ਵਾਰਸੋਂ ਜੇ ਗੁਰੂ ਗੋਬਿੰਦ ਸਿੰਘ ਦੇ ਵਾਰਸੋਂ ਜੇ ਸਾਡੀ ਆਵਾਜ਼ ਸੁਣਦੇ ਹੋ ਆਪਦੀ ਰਾਤ ਦੇ 12 ਵਜੇ ਕੋਠੇ ਆਪਦੀ ਜੰਜੀਰ ਨੂੰ ਝੰਜੋੜਿਓ ਵੀ ਅਸੀਂ ਕੀ ਪਾਪ ਕਰਦੇ ਹਾਂ ਕੀ ਜ਼ੁਲਮ ਕਰਦੇ ਹਾਂ ਫਿਰ ਆਪਦੇ ਫੈਸਲੇ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮਨਦੀਪ ਪਿੱਛੇ ਜੋ ਤੁਹਾਨੂੰ ਲਾਈਟਾਂ ਜਗਦੀਆਂ ਦਿਖ ਰਹੀਆਂ ਨੇ ਇਹ ਜੀਰਾ ਦੀ
शराब फैक्ट्री दी लाइटां ने ते इहदे बिल्कुल सामने किसान बैठे ने। कड़ाके दी ठंड दे विच बैठे किसान उन्हां दिनां दा अहसास करा रहे आ जदों ठंडे बुरज दे विच साहिबजादियां नूं समय की हकूमत वालों रख्या गया सी। तां अज भी उही ठंड आ, उही धुंदा दे दिन आ ते किसान आ जिहड़े ਉਹ ਸੜਕਾਂ ਤੇ ਬੈਠ ਕੇ ਉਸ ਠੰਡੇ ਬੁਰਜ ਦੀ ਯਾਦ ਕਰਵਾ ਰਹੇ ਨੇ। ਆਪਾਂ ਕਿਸਾਨਾਂ ਦੇ ਨਾਲ ਆ ਗੱਲਬਾਤ ਕਰਾਂਗੇ। ਕੀ ਕਹਿ ਰਹੇ ਨੇ ਕਿਸਾਨ, ਕਿੱਥੋਂ ਆਏ ਆ ਜੀ ਤੁਸੀਂ, ਪਹਿਲਾਂ ਤਾਂ ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋ। ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਬਲਾਕ ਧੂਰੀ, ਉੱਥੋਂ ਆਏ। ਅੱਛਾ, ਸਾਰੇ ਧੂਰੀ ਬਲਾਕ ਦੇ? ਹਾਂਜੀ, ਦੜਬੇ ਤੋਂ ਵੀ ਆਏ ਹਾਂ, ਅਸੀਂ ਦੜਬੇ ਤੋਂ ਆਏ ਹਾਂ, ਕੁਛ ਕੁਛ ਧੂਰੀ ਬਲਾਕ, ਕੁਛ ਦੜਬਾ, ਕਈ ਬਲਾਕਾਂ ਤੋਂ ਆਏ ਨੇ, ਜਥੇਬੰਦੀ ਗ੍ਰਾਹਾਂ ਵੱਲੋਂ ਆਏ ਨੇ, ਸੰਗਰੂਰ ਤੋਂ ਆਏ ਨੇ, ਉੱਥੋਂ ਆਏ ਨੇ। अच्छा, सरकार वालों काफ़ी कस पाता, कहिंदे भी ये मोर्चा पटना, किवें लगदा हुण पट्टे जाऊगा कि होर जम्मूगा? असीं गुरुआं दे वारस हाँ, साडियां जालम सरकारां पहलां तों साडे नाल धक्के करदियां ने, उह भी कहिंदे ते असीं आपदे जोर नाल दबा देंगे, पर गुरुआं दे साडे हुण जो दिन चल रहे ने बच्चां दे शहीदां दे, उहनां नूं कहिंदे असीं दबा देंगे, पर उहनां दे झंडे झूलदे ने, किहड़े कहिंदे असीं दबा देंगे, ਉਹਨਾਂ ਦਾ ਪਤਾ ਹੀ ਨਹੀਂ ਰੰਗ ਜੇਬਰੀ ਕਿੱਥੇ ਨੇ। ਉਹੀ ਇਹ ਸਰਕਾਰ ਨਾਲ ਹੋਊਗੀ, ਇਹ ਵੀ ਕਹਿੰਦੀ ਹੈ ਵੀ ਅਸੀਂ ਤਾਕਤ ਨਾਲ ਦਵਾ ਦਿਆਂਗੇ। ਹੁਣ ਇਹੀ ਹਾਲ ਇਹ ਸਰਕਾਰਾਂ ਦਾ ਹੋਊਗਾ, ਇਹ ਧੱਕੇ ਨਾਲ ਦਵਾਉਂਦੇ ਨੇ, ਕਿਉਂਕਿ ਵੋਟਾਂ ਤੋਂ ਪਹਿਲਾਂ ਇਹ ਬੜੇ ਝੂਠੇ ਵਾਅਦੇ ਕਰਦੇ ਨੇ ਕੁਰਸੀਆਂ 'ਤੇ ਬੈਠਣ ਬਾਅਦ 'ਤੇ, ਉਸ ਤੋਂ ਬਾਅਦ ਇਹੋ ਜਿਹੇ ਵੱਡੇ ਬੰਦਿਆਂ ਦੇ ਝੋਲੀਆਂ 'ਚ ਪੈ ਜਾਂਦੇ ਨੇ। ਕਿਉਂ ਪੈਂਦੇ ਨੇ? ਉਹਨਾਂ 'ਤੇ ਕਰੋੜਾਂ ਰੁਪਈਆ ਲੈਂਦੇ ਨੇ, ਸਾਨੂੰ ਝੂਠ ਬੋਲਦੇ ਨੇ, ਸੱਚ ਨਹੀਂ ਦੱਸਦੇ। ਇਹ ਇਹਨਾਂ ਦਾ ਸਿਸਟਮ ਚੱਲਦਾ ਹੁੰਦਾ ਕਰੋੜਾਂ ਰੁਪਈਆਂ ਨਾਲ, ਸਾਨੂੰ ਬੁੱਧੂ ਬਣਾ ਕੇ ਵੋਟਾਂ ਲੈ ਕੇ ਰਾਤ 'ਤੇ ਬਹਿ ਜਾਂਦੇ ਨੇ। ਮਗਰੋਂ ਫਿਰ ਇਹਨਾਂ ਦਾ ਜਿਹੜਾ ਅਸਲੀ ਚਿਹਰਾ ਉਹ ਨੰਗਾ ਹੋ ਜਾਂਦਾ, ਉਹਦੇ ਕਰਕੇ ਸਾਨੂੰ ਠੰਡ ਦੇ ਵਿੱਚ ਬਹਿਣਾ ਪੈਂਦਾ। ਜਿਵੇਂ ਸਰਕਾਰ ਵੱਲੋਂ ਇਹ ਵੀ ਆ ਰਿਹਾ ਕਿ ਅਸੀਂ ਬਿਲਕੁਲ ਠੀਕ ਚੱਲ ਰਹੇ ਹਾਂ, ਇੱਥੇ ਗਲਤ ਕਿਸਾਨ ਆ, ਕੀ ਲੱਗਦਾ? ਅੱਜ ਕੱਲ੍ਹ ਗੁਰਬਾਣੀ 'ਚ ਲਿਖਿਆ ਕਹਿੰਦੇ ਸ਼ਰਮ ਗਈ ਘਰ ਆਪਣੇ, ਪੱਤ ਉੱਠ ਚੱਲੀ ਨਾਲ, ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਭਾਲ। ਰਾਜਾ ਇਹ ਗੁੰਡਿਆਂ ਦਾ ਰਾਜ ਹੈ, ਸਹੀ ਮਿਹਨਤ ਦੇ ਵਿੱਚ ਸਾਡੇ ਗੁਰੂ ਨਾਨਕ ਨੇ ਆਖੀ ਰਾਜੇ ਸੀ ਮੁਕੱਦਮ ਕੁੱਤੇ, ਇਹ ਸਹੀ ਮਿਹਨਤ 'ਚ ਉਹੀ ਰੂਪ ਹੈ, ਉਹੀ ਇਹਨਾਂ ਦਾ ਰੰਗ ਹੈ। ਕੁੱਤਾ ਰਾਜ ਬਹਾਲੀ ਹੈ, ਫਿਰ ਚੱਕੀ ਚੱਟੈ, ਇਹਨਾਂ ਨੇ ਚੱਕੀ ਚੱਟਣੀਆਂ ਨੇ, ਕਿਉਂਕਿ ਉਹ ਦਾਣਾ ਜਾਂ ਪਾਈ ਜਾਂਦੇ ਨੇ, ਇਹ ਚੱਟੀ ਜਾਂਦੇ ਨੇ, ਉਹਨਾਂ ਦੀ ਬੋਲੀ ਬੋਲੀ ਜਾਂਦੇ ਨੇ। ਸਾਡਾ ਇਹਨਾਂ ਨੂੰ ਦਰਦ ਨਹੀਂ, ਕਿਉਂਕਿ ਅਸੀਂ ਠੰਡ 'ਚ ਬੈਠੇ ਹਾਂ, ਇੱਥੇ ਬੈਠੇ ਹਾਂ, ਇਹ ਨਹੀਂ ਪਤਾ ਸਾਨੂੰ ਕਿੰਨਾ ਚਿਰ ਬੈਠਣਾ ਪੈ ਜੇ, ਪਰ ਇਹਨਾਂ ਨੂੰ ਨਹੀਂ ਪਤਾ ਮੋਦੀ ਕਿਹੜਾ ਕਹਿੰਦਾ ਜੀ, ਜੋ ਮੈਂ ਕਹਿੰਦਾ ਉਹੀ ਕਰਦਾ, ਇੱਦਾਂ ਉਹਾਂ ਜਿਹਾ ਨੂੰ ਝੁਕਾ ਲੈਂਦੇ ਹਾਂ, ਇਹਦਾ ਕਿਹਦੀ ਬਾਗ ਦੀ ਮੂਲੀ ਹੈ। ਅਸੀਂ ਤਾਂ ਹੀ ਕਹਿੰਦਾ ਵੋਟ ਵਟੋਰੂ ਟੋਲਾ ਮੁਰਦਾਬਾਦ, ਕਿਹੜੇ ਘਰਾਂ 'ਚ ਬੈਠੇ ਨੇ ਉਹਨਾਂ ਨੂੰ ਸੁਨੇਹਾ ਦਿੰਦੇ ਹਾਂ, ਆਓ ਇਹਨਾਂ ਦੀਆਂ ਗੱਲਾਂ 'ਚ ਨਾ ਆਓ, ਆਓ ਮੈਦਾਨ ਦੇ ਵਿੱਚ ਆਓ, ਜੇ ਜਵਾਨੀ ਬਚਾਉਣੀ ਹੈ, ਪਾਣੀ ਬਚਾਉਣਾ ਹੈ, ਵਿਰਸਾ ਬਚਾਉਣਾ ਹੈ, ਤਾਂ ਉਹ ਮੈਦਾਨ ਦੇ ਵਿੱਚ ਆਉਣਾ ਪਊਗਾ। ਸਾਡੇ ਗੁਰੂਆਂ ਨੇ ਆਖਿਆ ਸੂਰਾ ਸੋਪੈ ਚਾਨੀ ਹੈ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਹੂੰ ਨਾ ਸਾਡਾ ਖੇਤ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਹ ਦਿਮਾਗ ਪੈਰ ਧਰੀਜੈ ਸਿਰ ਦੀਜੈ ਕਾਨ ਨਾ ਕੀਜੈ। ਉਹ ਗੁਰੂਆਂ ਦੇ ਉਪਦੇਸ਼ 'ਤੇ ਅਸੀਂ ਚੱਲਦੇ ਹਾਂ, ਉਹ ਚੱਲਦੇ ਰਹਾਂਗੇ, ਇਹਨਾਂ ਨੂੰ ਮੂੰਹ ਦੀ ਖਾਣੀ ਪਊ, ਕੂੜਨ ਖੁੱਟੇ ਨਾਨਕਾ ਓੜਕ ਸੱਚ ਰਹੀ। ਇਹਨਾਂ ਦਾ ਨੌਂ ਇਨਸਾਨ ਨਹੀਂ ਰਹਿਣਾ, ਆਹ ਕਿਸਾਨਾਂ ਮਜ਼ਦੂਰਾਂ ਦਾ ਨੌਂ ਇਨਸਾਨ ਰਹੂਗਾ। ਅਸੀਂ ਪਵਨ ਗੁਰੂ ਪਾਣੀ ਪਿਤਾ, ਪਾਣੀ ਨੂੰ, ਹਵਾ ਨੂੰ, ਉਹਨੂੰ ਅਸੀਂ ਬਚਾਉਣਾ, ਉਹਦੇ ਲੱਗੇ ਹੋਇਆਂ, ਜ਼ਿੰਦਗੀਆਂ ਲਾਵਾਂਗੇ, ਲਾਉਂਦੇ ਰਹਾਂਗੇ, ਉੱਥੋਂ ਅਸੀਂ ਪੈਸਾ ਨਹੀਂ ਹਟਦੇ। ਇਹ ਫੈਕਟਰੀ ਬੰਦ ਕਰਾ ਕੇ ਹਟਾਂਗੇ, ਕਿਵੇਂ ਸਾਡੇ ਆਗੂ ਕਹਿਣਗੇ, ਅਸੀਂ ਉਹਨਾਂ ਮੁਤਾਬਕ ਹੀ ਆਈ ਜਾਵਾਂਗੇ। ਦੇ ਹੁਣ ਸਾਨੂੰ ਆਗੂ ਕਹਿ ਦੇਣਾ ਵੀ ਉਹਦਾ ਗੇਟ ਗੁੜ ਜਾ ਭੰਨਣਾ, ਉੱਧਰ ਨੂੰ ਚੱਲਾਂਗੇ, ਉਹਦੀ ਸਾਨੂੰ ਕੋਈ ਪਤਾ ਨਹੀਂ ਵੀ ਅਸੀਂ ਪੈਣਾ, ਕੋਈ ਮਤਲਬ ਨਹੀਂ। ਸਾਡੇ ਆਗੂ ਰਾਤ ਦੇ 12 ਵਜੇ ਗੱਲ ਕਹਿ ਦੇਣਾ ਵੀ ਉਹਦਾ ਗੇਟ ਭੰਨਣਾ, ਉੱਥੇ ਲਾਵਾਂਗੇ ਜ਼ੋਰ, ਭੰਨਾਂਗੇ ਸੱਚੇ ਮਨੋਂ ਕਹਿੰਦੇ ਹਾਂ। ਆ ਕਿਹੜਾ ਸੁਪਰੀਮ ਕੋਰਟ ਬੋਲੀ ਜਾਂਦਾ ਨਾ, ਆਹ ਮਨਜੀਤ ਧਨੇਰ, ਉਸੇ ਸੁਪਰੀਮ ਕੋਰਟ ਨੇ ਸਜ਼ਾ ਦਿੱਤੀ ਸੀ, ਸਾਡੇ ਲੋਕ ਕਹਿੰਦੇ ਤੇ ਕਹਿੰਦੇ ਉਹਦੀ ਸਜ਼ਾ ਦਿੱਤੀ ਹੈ, ਇਹਨੂੰ ਕੌਣ ਰੱਦ ਕਰਾ ਦੂ? ਆਹ ਲੋਕਾਂ ਨੇ ਰੱਦ ਕਰਾਈ ਹੈ, ਇਹਨੂੰ ਇਹ ਮੂੰਹ ਮੁੱਦੇ ਮੂੰਹ ਸਿੱਟਾਂਗੇ। ਭਗਵੰਤ ਮਾਨ
ਯਾਦ ਕਰਦਾ ਕਿਹੜੇ ਚੁਟਕਲੇ ਸੁਣਾਉਂਦਾ ਸੀ, ਕਹਿੰਦਾ ਸੀ ਵਾਤਾਵਰਨ ਖਰਾਬ ਹੋ ਗਿਆ, ਬਾਦਲ ਇਹਨਾਂ ਨੇ ਖਰਾਬ ਕਰਿਆ, ਕੈਪਟਨ ਇਹਨਾਂ ਨੇ ਬਾਦ ਖਰਾਬ ਕਰਿਆ, ਹੁਣ ਤੂੰ ਵੀ ਉਸ ਝੋਲੀ 'ਚ ਪੈ ਗਿਆ, ਮਾੜੀ ਮੋਟੀ ਸ਼ਰਮ ਕਰ, ਮਾੜੇ ਮੋਟੇ ਫੈਸਲੇ ਸਹੀ ਲੈ। ਅੱਜ ਅਸੀਂ ਅਪੀਲ ਕਰਦੇ ਹਾਂ, ਬੇਨਤੀ ਕਰਦੇ ਹਾਂ, ਪਹਿਲਾਂ ਬੇਨਤੀ ਆ ਫਿਰ ਬੇਨਤੀ ਨੇ, ਫਿਰ ਅਸੀਂ ਟੱਕਣਾਂਗੇ। ਬਾਪੂ ਜਿਵੇਂ ਕੀ ਇਸ ਫੈਕਟਰੀ ਤੱਕ ਹੀ ਕਹਾਣੀ ਖਤਮ ਹੋ ਜੂਗੀ ਕਿ ਜਿਵੇਂ ਲੁਧਿਆਣੇ ਬਹੁਤ ਫੈਕਟਰੀਆਂ, ਪੰਜਾਬ ਦਾ ਵਾਤਾਵਰਨ ਤਾਂ ਹੋਰ ਫੈਕਟਰੀਆਂ ਵੀ ਗੰਦਾ ਕਰ ਰਹੀਆਂ, ਫਿਰ ਇੱਕ ਫੈਕਟਰੀ ਕਿਉਂ, ਹੋਰ ਫੈਕਟਰੀਆਂ ਵੱਲ ਲੜਾਈ ਵਧੂਗੀ ਕਿ ਇੱਥੇ ਹੀ ਖਤਮ ਹੋਊ? ਵਧੀ ਹੋਈ ਹੈ ਲੁਧਿਆਣੇ, ਅਸੀਂ ਉੱਥੇ ਵੀ ਧਰਨਾ ਲਾ ਕੇ ਆਇਆ। ਉਹ ਜੋ ਨਾਲਾ ਜਿਹਾ ਕਹਿੰਦੇ ਨੇ ਮੇਰੇ ਹੁਣ ਦਿਮਾਗ 'ਚੋਂ ਥੋੜ੍ਹਾ ਨਿਕਲਿਆ, ਗੰਦਾ ਨਾਲਾ ਕਹਿੰਦੇ, ਉੱਥੇ ਵੀ ਬੁੱਢਾ ਨਾਲਾ, ਉੱਥੇ ਅਸੀਂ ਧਰਨਾ ਲਾ ਕੇ ਆਇਆ ਇਹਨੂੰ ਬਚਾਉਣ ਵਾਸਤੇ, ਪਾਣੀ ਨੂੰ ਬਚਾਉਣ ਵਾਸਤੇ। ਇਹਦੇ ਨਾਲ ਕੋਈ ਸਾਡੀ ਦੁਸ਼ਮਣੀ ਨਿੱਜੀ ਨਹੀਂ, ਦੁਸ਼ਮਣੀ ਸਾਡੀ ਦੁਸ਼ਮਣੀ ਹੈ ਇਹ ਪਾਣੀ ਗੰਦਾ ਕਰਦਾ, ਠੀਕ ਹੈ। ਅਸੀਂ ਸਾਰਿਆਂ ਦੀ ਸਰਕਾਰ ਕਰਦੇ ਹਾਂ, ਕਿਹੜਾ ਸਾਡਾ ਪਾਣੀ ਖਰਾਬ ਕਰੀ ਜਾਂਦਾ, ਸਾਡਾ ਸਾਨੂੰ ਬਿਮਾਰੀਆਂ ਦੇ ਜਾਂਦਾ, ਸਾਡੇ ਬੱਚੇ ਬਾਹਰੇ ਜਾਈ ਜਾਂਦੇ ਨੇ, ਨਸ਼ਿਆਂ 'ਚ ਗਰਕ ਹੋਈ ਜਾਂਦੇ ਨੇ। ਅਸੀਂ ਉਹ ਲੜਾਈ ਲੜਦੇ ਹਾਂ, ਆ ਭਗਵੰਤ ਮਾਨ ਕਹਿੰਦਾ ਜੀ ਥੋੜ੍ਹੇ ਦਿਨਾਂ ਦੇ ਵਿੱਚ ਹੀ ਅਸੀਂ ਨਸ਼ੇ ਬੰਦ ਕਰਾਂਗੇ, ਇਹਨਾਂ ਨੂੰ ਸੰਗ ਨਹੀਂ ਆਉਂਦੀ। ਉਹ ਕੈਪਟਨ ਕਿਹੜਾ ਉਹਦੀ ਗੋਦੀ 'ਚ ਵਗਦਾ ਕੈਪਟਨ, ਇੱਥੇ ਆਪਣੇ ਮੋਦੀ ਦੀ ਵਗ ਗਿਆ ਉਹਦੀ ਪਾਰਟੀ 'ਚ, ਉਹ ਗੁਰੂ ਗ੍ਰੰਥ ਸਾਹਿਬ ਦੀ ਸਹੁੰ ਖਾ ਕੇ ਕਹਿੰਦਾ ਮੈਂ ਨਸ਼ੇ ਬੰਦ ਕਰੂੰ। ਇਹਨਾਂ ਦਾ ਕੋਈ ਦੀਨ ਮਾਨ ਨਹੀਂ ਹੈਗਾ, ਇਹ ਕਹਿੰਦੇ ਹੋਰ ਨੇ, ਕਰਦੇ ਹੋਰ ਨੇ, ਇਹਨਾਂ ਦੇ ਉਹ ਦੰਦ ਨੇ ਕਿਹੜੇ ਹਾਥੀ ਵਾਲੇ ਨੇ, ਉਹ ਦਿਖਾਉਣ ਵਾਲੇ ਹੋਰ ਨੇ, ਕਰਨ ਵਾਲੇ ਹੋਰ ਨੇ। ਉਹ ਕਿਹੜਾ ਬਾਬਾ ਵੱਡਾ ਕਹਿੰਦੇ ਨੇ 40 ਸਾਲ ਵਾਲਾ, ਉਹ ਪ੍ਰਕਾਸ਼ ਸਿੰਘ ਬਾਦਲ, ਅਸੀਂ 52 ਦਿਨ ਉਹਦੇ ਰਾਤ ਦੇ ਵਿੱਚ ਉੱਥੇ ਬੈਠੇ ਰਹੇ ਹਾਂ ਬਠਿੰਡੇ, ਮਾਂ ਦਾ ਪੁੱਤ ਇੱਕ ਦਿਨ ਨਹੀਂ ਆਇਆ। ਹੁਣ ਖਾ ਕੇ ਫੀਮ ਸੁਖਬੀਰ ਬਾਦਲ ਵੀ ਬੋਲੀ ਜਾਂਦਾ, ਕਹਿੰਦਾ ਗਲਤ ਹੁੰਦਾ ਜੀ, ਖਾ ਲੈਂਦੇ ਨੇ ਫੀਮ, ਭਕਾਈ ਮਾਰੀ ਜਾਂਦੇ ਨੇ, ਆਪਦੀਆਂ ਪਰੌਠੀਆਂ ਵਧਾਈ ਜਾਂਦੇ ਨੇ, ਸਾਡੇ ਸਿਰ ਕਰਜ਼ੇ ਚੜ੍ਹੀ ਜਾਂਦੇ ਨੇ, ਸਾਨੂੰ ਆਪਦਾ ਫਿਕਰ ਹੈ, ਸਾਡੇ ਬੱਚੇ ਬਾਹਰੇ ਜਾਈ ਜਾਂਦੇ ਨੇ, ਅਸੀਂ ਕੀ ਕਰਾਂਗੇ? ਉਹ ਮਾੜਾ ਮੋਟਾ ਸੰਗ ਸ਼ਰਮ ਕਰੋ, ਜੇ ਗੁਰੂ ਨਾਨਕ ਦੇ ਵਾਰਸੋਂ, ਜੇ ਗੁਰੂ ਗੋਬਿੰਦ ਸਿੰਘ ਦੇ ਵਾਰਸੋਂ, ਜੇ ਸਾਡੀ ਆਵਾਜ਼ ਸੁਣਦੇ ਹੋ, ਆਪਦੀ ਰਾਤ ਦੇ 12 ਵਜੇ ਕੋਠੇ ਆਪਦੀ ਜੰਜੀਰ ਨੂੰ ਝੰਜੋੜਿਓ ਵੀ ਅਸੀਂ ਕੀ ਪਾਪ ਕਰਦੇ ਹਾਂ, ਕੀ ਜ਼ੁਲਮ ਕਰਦੇ ਹਾਂ, ਫਿਰ ਆਪਦੇ ਫੈਸਲੇ। ਬਾਪੂ ਸਰਕਾਰ ਵੱਲੋਂ ਇਹ ਵੀ ਕਿਹਾ ਜਾਂਦਾ ਕਿਸਾਨ ਕਹਿੰਦੇ ਅੱਡੀਆਂ ਚੱਕ ਕੇ ਫਾਹਾ ਲੈਂਦਾ, ਬਾਹਲੇ ਖਰਚੇ ਕਰਦਾ, ਵਿਆਹਾਂ 'ਤੇ ਖਰਚੇ ਕਰਦਾ, ਉਹ ਬਾਹਰ ਜਾਣ 'ਤੇ ਖਰਚੇ ਕਰਦਾ, ਕੀ ਲੱਗਦਾ ਇਹ 'ਚ ਕੌਣ ਦੋਸ਼ੀ ਆ? ਇਹਦੇ ਵਿੱਚ ਜੀ ਇਹ ਕਹਿੰਦੇ ਆ, ਜਦੋਂ ਇਹ ਆਪਦੇ ਜਵਾਕਾਂ ਦੇ ਵਿਆਹ ਕਰਦੇ ਨੇ, ਇਹ ਅੱਛੇ ਅੱਛੇ ਕਰੋੜ ਲਾਉਂਦੇ ਨੇ, ਇੱਥੇ ਯੂਪੀ ਦੀ ਕੋਈ ਹੋਈ ਹੈ ਇਹਨਾਂ ਦਾ ਮਮਤਾ ਬੈਨਰਜੀ, ਉਹਨੇ ਇੱਕ ਜਨਮ ਦਿਹਾੜਾ ਮਨਾਇਆ ਸੀ, ਉਹਨੇ 80 ਕਰੋੜ ਰੁਪਈਆ ਲਾਇਆ ਸੀ, ਇਹ ਜ਼ਿਆਦਾ ਠੇਕੇਦਾਰ ਨੇ, ਇਹੀ ਖਰਚੇ ਕਰਨ, ਅਸੀਂ ਕਿਹੜੇ ਕਮਾਉਂਦੇ, ਅਸੀਂ ਨਾ ਕਰੀਏ? ਇੱਕ ਸਾਡੀ ਧੀ ਜਾਂਦੀ ਹੈ 20 ਸਾਲ ਸਾਡੇ ਘਰੇ ਕੰਮ ਕਰਦੀ ਹੈ, ਜੇ ਅਸੀਂ ਤਿਲ ਫੁੱਲ ਲਾ ਦਿੰਦਾ, 10 ਲੱਖ ਲਾ ਦਿੰਦਾ, 20 ਲੱਖ ਲਾ ਦਿੰਦਾ, ਉਹ ਵਿਚਾਰੀ ਕੰਨਿਆਂ 'ਤੇ ਲਾ ਦਿੰਦਾ, ਇਹਨਾਂ ਦੇ ਢਿੱਡੀ ਦਰਦ ਹੁੰਦੇ ਨੇ, ਇਹਨਾਂ ਦੀਆਂ ਕੁੜੀਆਂ ਨੇ, ਸਾਡੀਆਂ ਵੀ ਕੁੜੀਆਂ ਨੇ, ਉਹਨਾਂ 'ਤੇ ਮਾੜਾ ਮੋਟਾ ਪੈਸਾ ਲਾ ਦਿੰਦਾ, ਇਹ ਕਹਿੰਦੇ ਤੁਸੀਂ ਵੱਧ ਖਰਚ ਕਰਦੇ ਹੋ, ਇਹਨਾਂ ਦਾ ਰਿਜ਼ਲਟ ਕੱਢੋ ਵੀ ਤੁਸੀਂ ਕੀ ਕਰਦੇ ਹੋ, ਕੀ ਤੁਹਾਡੇ ਕਾਰਨਾਮੇ ਨੇ? ਇੱਕ ਹੋਰ ਵੀ ਬਾਪੂ ਕਹਿ ਰਹੇ ਆ ਕਿ ਕਿਸਾਨਾਂ ਨੂੰ ਨਾ ਸ਼ੌਂਕ ਪੈ ਗਿਆ, ਕਹਿੰਦੇ ਉਈਂ ਸੜਕਾਂ ਜਾਮ ਕਰ ਲੈਂਦੇ ਆ, ਉਈਂ ਧਰਨੇ ਲਾ ਦਿੰਦੇ ਆ। ਅਸੀਂ ਕਹਿੰਦਾ ਤੁਸੀਂ ਸ਼ੌਂਕ ਪਾਓ, ਇੱਥੇ 2 ਦਿਨ ਆਓ, 2 ਦਿਨ ਬੈਠੋ, ਤੁਸੀਂ ਕਿੰਨੇ ਮੰਤਰੀ ਹੋ, ਅਸੀਂ 12 ਵਜੇ ਇੱਥੇ ਬੈਠੋ, ਤੁਹਾਨੂੰ ਦੱਸਾਂਗੇ ਕੀ ਸ਼ੌਂਕ ਹੈ, ਕਿਦੋਂ ਰਾਤ ਦੇ 12 ਵਜੇ ਤੁਹਾਨੂੰ ਠੰਡ ਲੱਗੀ, ਆਪਦਾ ਜਵਾਕ ਯਾਦ ਆ ਗਿਆ, ਫਿਰ ਨਾ ਭੱਜ ਕੇ ਤੜਕੇ ਨੂੰ ਬਾਬੂ ਨਾ ਕਹੋ ਮਲਵਾ ਲਈਆ। ਹੁਣ ਮਤਲਬ ਕਹਿ ਲਈਏ ਵੀ ਫਾਨਾ ਅੜੂਗਾ, ਅੜ ਗਿਆ, ਅੜੂਗੀ, ਫਾਨਾ ਤਾਂ ਅੜ ਗਿਆ, ਹੁਣ ਫਾਨਾ ਇਹਨਾਂ ਨੇ ਸੋਚਣਾ ਕਦੋਂ ਕੱਢਣਾ। ਫਾਨਾ ਤਾਂ ਉਹ ਅੜ ਗਿਆ, ਇੱਕ ਨਾ ਤੁਹਾਨੂੰ ਪਤਾ ਵੀ ਕੱਛਿਆਂ ਦੇ ਵਿੱਚ ਇੱਕ ਮੋਗੇ ਹੁੰਦੇ ਤੇ, ਸਾਡੇ ਪਿੰਡ ਦਾ ਆਪਣਾ ਸਰਵਰ ਮਿਸਤਰੀ ਹੁੰਦਾ ਸੀ, ਉਹ ਨਾ ਕਦੋਂ ਜ਼ਿਮੀਂਦਾਰ ਜਾਂਦੇ ਵੀ ਉਹ ਮੋਗਾ ਬੰਦ ਕਰਨਾ ਦੂਏ ਪਿੰਡ ਦਾ, ਉਹ ਜਾ ਕੇ ਫਾਨਾ ਠੋਕ ਦਿੰਦਾ, ਸਾਰਾ ਪਿੰਡ ਦਾ ਭੈਣ ਚੋਂ ਫਾਨਾ ਨਹੀਂ ਨਿਕਲਦਾ ਸੀ, ਉਹਦਾ ਫਾਨਾ ਅੜ ਗਿਆ, ਫਾਨਾ ਫੂਨਾ ਨਹੀਂ ਨਿਕਲਦਾ, ਕਿੰਨੀ ਮਰਜ਼ੀ ਛੇਤੀ ਕੱਢ ਲੈਣਗੇ, ਆਪਦੇ ਫਾਇਦਾ ਰਹਿਣਗੇ, ਨਹੀਂ ਇਹਨਾਂ ਦੀਆਂ ਕਰਤੂਤਾਂ ਦੇ ਕਾਰਨਾਮੇ ਅਸੀਂ ਤਾਂ ਰੋਜ਼ ਦੱਸਾਂਗੇ, ਇਹਨਾਂ ਦੀ ਨੁਕਸਾਨ ਹੈ, ਸਾਡਾ ਕੋਈ ਨੁਕਸਾਨ ਨਹੀਂ। ਕਿਉਂ ਨਹੀਂ ਨੁਕਸਾਨ? ਅਸੀਂ ਗੁਰੂ ਦੇ ਰਾਹ 'ਤੇ ਚੱਲਦਾ, ਠੀਕ ਹੈ, ਆਰਥਿਕ ਤੌਰ 'ਤੇ ਸਾਡਾ ਨੁਕਸਾਨ ਹੈ, ਘਰੇ 120 ਵਿਘੇ ਦੀ ਮੈਂ ਖੇਤੀ ਕਰਦਾ, 120 ਵਿਘੇ ਦੀ ਮੇਰਾ ਥੋੜ੍ਹਾ ਕਿੰਨਾ ਨੁਕਸਾਨ ਹੈ, ਪਰ ਜੇ ਸਾਡੇ ਗੁਰੂ ਸਾਰਾ ਪਰਿਵਾਰ ਵਾਰ ਸਕਦੇ ਨੇ, ਮੈਂ ਤਾਂ 10,000-20,000 ਕੋਈ ਲੋਕਾਂ ਵਾਸਤੇ ਆਪਦੇ ਘਰ ਦਾ ਨੁਕਸਾਨ ਕਰ ਦੂੰ, ਮੈਂ ਕਹਿੰਦਾ ਇਹ ਤੱਕ ਜੂੰ ਜਿੰਨਾ ਨੁਕਸਾਨ, ਅਸੀਂ ਇਹਨੂੰ ਨੁਕਸਾਨ ਹੀ ਨਹੀਂ ਸਮਝਦੇ, ਇਹਨਾਂ ਨੇ ਕਿਹੜੇ ਜ਼ੋਰ ਦਾ ਉਹਨੇ ਲਾ ਲੈਣਾ, ਪਰ ਜਮਾਂ ਭਿਆਨ ਕਰਾ ਕੇ ਹਟਾਂਗੇ। ਇਹ ਵੀ ਦੱਸ ਦਿਆਂ ਆਹ ਬਾਦਲ ਨੂੰ ਤਾਂ 3 ਘਸੀਟਾਂ ਆ ਗਈਆਂ, 5 ਸਾਲ ਬਾਅਦ ਹੋ ਸਕਦਾ 0 ਹੋ ਜੇ, ਜੇ ਆਹ ਕਾਰਨ ਆਵੇ, ਆਹ ਕਰਤੂਤਾਂ ਕਰੂ, ਆਹ ਕਰਤੂਤਾਂ ਕਰੂ, ਭਗਵੰਤ ਮਾਨ ਕਿਹੜਾ ਚੁਟਕਲੇ ਚਲਾ ਕੇ ਗੱਦੀ 'ਤੇ ਬਹਿ ਗਿਆ।
ਇਹਨੂੰ ਜੇ ਆਹ ਆਹ ਕਰਨਾ ਨੇ ਰਹੇ ਇਹ ਕੇਜਰੀਵਾਲ ਫਿਰ ਆਊ ਕੌਣ ਜੇ ਇਹ ਵੀ ਖਤਮ ਹੋ ਗਿਆ ਉਹ ਵੀ ਖਤਮ ਕਿਹਨੂੰ ਲਿਆਉਂਦੇ ਅਸੀਂ ਕਹਿੰਦਾ ਕੋਈ ਵੀ ਨਾ ਲੈ ਵੋਟ ਵਟੋਰੂ ਟੋਲਾ ਮੁਰਦਾਬਾਦ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਦਾ ਇਹ ਪੂਰਾ ਮਤਲਬ ਨਾਰਾ ਹੈ ਕਿੱਦੇ ਲੋਕ ਇਹਨਾਂ ਤੋਂ ਆ ਛੱਡ ਕੇ ਸਾਡਾ ਇੱਕ ਨਾਰਾ ਹੈ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਇਕੱਠੀ ਹੋ ਕੇ ਜਨਤਾ ਸਾਰੀ ਇਕੱਲੇ ਇਕੱਲੇ ਮਾਰ ਨਾ ਖਾਓ ਇਕੱਠੇ ਹੋ ਕੇ ਅੱਗੇ ਆਓ ਇਹ ਸਰਕਾਰਾਂ ਕਰਦਿਆਂ ਕੀ ਹੇਰਾ ਫੇਰੀ 400 ਵੀ ਹੇਰਾ ਫੇਰੀ ਚੱਕ ਦਿਆਂਗੇ ਧੌਣ 'ਤੇ ਗੋਡਾ ਰੱਖ ਦਿਆਂਗੇ ਅਸੀਂ ਕਹਿੰਦਾ ਸਰਕਾਰਾਂ ਤੋਂ ਝਾਕ ਨਾ ਛੱਡੋ ਆ ਝੰਡੇ 'ਤੇ ਪਾ ਲਓ ਡੰਡਾ ਇਹੀ ਸਾਡੀ ਪੁਲਿਸ ਹੈ ਇਹੀ ਸਾਡੀ ਫੌਜ ਹੈ ਇਹੀ ਸਾਡੀ ਸ਼ਾਨ ਹੈ ਇਹੀ ਸਾਡੀ ਮਾਣ ਹੈ ਇਹੀ ਸਾਡੀ ਇੱਜ਼ਤ ਹੈ ਇਹੀ ਸਾਡਾ ਚੜ੍ਹਦੀ ਕਲਾ ਬਹੁਤ ਬਹੁਤ ਸ਼ੁਕਰੀਆ ਜੀ ਸੋ ਕਿਸਾਨ ਇੱਥੇ ਇਕੱਠੇ ਹੋਏ ਨੇ ਕੜਾਕੇ ਦੀ ਠੰਡ ਦੇ ਵਿੱਚ ਫੈਕਟਰੀ ਦੇ ਬਾਰ ਮੂਹਰੇ ਧਰਨਾ ਲਾਈ ਬੈਠੇ ਨੇ ਅਤੇ ਕਹਿ ਰਹੇ ਨੇ ਕਿ ਜਿੰਨਾ ਟਾਈਮ ਇਹ ਫੈਕਟਰੀ ਬੰਦ ਨਹੀਂ ਹੁੰਦੀ ਉਨਾ ਟਾਈਮ ਨਹੀਂ ਉੱਠਦੇ ਅਤੇ ਲੜਾਈ ਇਹਨਾਂ ਨੇ ਕਿਹਾ ਕਿ ਇੱਥੇ ਖਤਮ ਨਹੀਂ ਹੁੰਦੀ ਲੜਾਈ ਅੱਗੇ ਵਧੂਗੀ ਹੋਰ ਵੀ ਜਿਹੜਾ ਕਾਰਪੋਰੇਟ ਆ ਉਹਨੂੰ ਵੀ ਟੱਕਰ ਦੇਵਾਂਗੇ ਤਾਂ ਕਿਵੇਂ ਲੱਗੀ ਗੱਲਬਾਤ ਆਪਣਾ ਸੁਝਾਅ ਰਾਏ ਜ਼ਰੂਰ ਦੱਸਿਓ ਜੁੜੇ ਰਹੋ ਦੁਨੀਆ ਦੇ ਨਾਲ।